ਮੈਂ ਨਵਜੋਤ ਸਿੰਘ, ਸੈਂਟਰ ਹੈੱਡ ਟ੍ਰਿਪਲ ਏ ਬਰਾਈਡ ਅਕੈਡਮੀ। ਮੇਰੇ ਵੱਲੋਂ ਸ਼ਹਿਰ ਵਾਸੀਆਂ ਨੂੰ ਅਤੇ ਪੂਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਹੋਣ। ਇਸ ਦੀਵਾਲੀ ਅਸੀਂ ਪੋਲਿਊਸ਼ਨ ਫਰੀ, ਸੇਫ ਅਤੇ ਆਪਣੀ ਫੈਮਿਲੀ ਦੇ ਨਾਲ ਮਨਾਈਏ ਤਾਂ ਜੋ ਸਾਡੇ ਵੇਲੇ ਖੁਸ਼ੀਆਂ ਭਰੀਆਂ ਰਹਿਣ। ਮੇਰੀ ਵਿਦਿਆਰਥੀਆਂ ਨੂੰ ਇੱਕ ਬੇਨਤੀ ਹੈ ਕਿ ਇਸ ਸਾਲ ਅਸੀਂ ਬੈਂਕਿੰਗ, SSC, ਸੈਂਟਰ ਦੀਆਂ ਗੌਰਮੈਂਟ ਅਤੇ ਪੰਜਾਬ ਦੀਆਂ ਆਉਣ ਵਾਲੀਆਂ ਗੌਰਮੈਂਟ ਜੋਬ ਵਾਸਤੇ ਤਿਆਰੀ ਕਰੀਏ ਤਾਂ ਜੋ ਆਉਣ ਵਾਲੀ ਦੀਵਾਲੀ ਤੱਕ ਸਾਡੇ ਕੋਲੋਂ ਜੋਬ ਹੋਵੇ। ਇਸ ਦਾ ਮੁੱਖ ਕਾਰਨ ਇਹ ਹੋਏਗਾ ਕਿ ਆਪਾਂ ਬਹੁਤ ਸਾਰੀ ਮਿਹਨਤ ਕਰੀਏ, ਹਾਰਡਵਰਕ ਕਰੀਏ ਤਾਂ ਜੋ ਸਾਡੇ ਕੋਲ ਇੱਕ ਵਧੀਆ ਜੋਬ ਹੋਏ। ਪਿਛਲੇ 8-10 ਸਾਲਾਂ ਤੋਂ ਬਰਾਈਟ ਅਕੈਡਮੀ ਬਹੁਤ ਹੀ ਵਧੀਆ ਤਰੀਕੇ ਨਾਲ, ਮਿਹਨਤ ਦੇ ਨਾਲ ਤੁਹਾਡੀ ਸੇਵਾ ਕਰ ਰਿਹਾ ਹੈ। ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਬਰਾਈਟ ਅਕੈਡਮੀ ਤੁਹਾਡੀ ਸੇਵਾ ਕਰ ਸਕਦਾ ਹੈ, ਉਸੇ ਤਰ੍ਹਾਂ ਹੀ ਬਰਾਈਟ ਅਕੈਡਮੀ ਤੁਹਾਡੀ ਸੇਵਾ ਦੇ ਵਿੱਚ ਲੱਗਾ ਰਹੇਗਾ। ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਹਾਰਡਵਰਕ ਕਰਕੇ ਆਪਣਾ ਤੁਸੀਂ ਜੀਵਨ ਸਫਲ ਬਣਾਓ। ਲਾਸਟ ਵਿੱਚ ਫਿਰ ਇੱਕ ਵਾਰੀ ਮੇਰੇ ਵੱਲੋਂ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਆਪ ਸਭ ਨੂੰ ਅਤੇ ਮੇਰੀ ਪੂਰੀ ਟੀਮ ਵੱਲੋਂ ਲੱਖ ਲੱਖ ਮੁਬਾਰਕਾਂ ਹੋਣ। ਧੰਨਵਾਦ। ਮੈਂ ਜਗਪ੍ਰੀਤ ਸਿੰਘ, ਟ੍ਰਿਪਲੇ ਬਰਾਈਟ ਅਕੈਡਮੀ ਚੰਡੀਗੜ੍ਹ ਅਤੇ ਉਹਨਾਂ ਦੀ ਇਹ ਬ੍ਰਾਂਚ ਟ੍ਰਿਪਲੇ ਬਰਾਈਟ ਅਕੈਡਮੀ ਗੁਰਦਾਸਪੁਰ ਨੂੰ ਵੱਲੋਂ ਤੁਹਾਨੂੰ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇਸ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦੇ ਨਾਲ ਮੈਂ ਇੱਕ ਛੋਟਾ ਜਿਹਾ ਸੰਦੇਸ਼ ਦੇਣਾ ਚਾਹਾਂਗਾ ਕਿ ਇਹ ਵਾਲੀ ਦੀਵਾਲੀ ਤੁਹਾਡੇ ਸਾਰਿਆਂ ਲਈ ਪੋਲਿਊਸ਼ਨ ਫਰੀ ਰਹੇ ਅਤੇ ਨਾਲ ਸੇਫ ਰਹੇ। ਨਾਲ ਹੀ ਨਾਲ ਇੱਕ ਇਹ ਗੱਲ ਜ਼ਰੂਰ ਸਾਰੇ ਜਣੇ ਆਪਣੇ ਧਿਆਨ ਵਿੱਚ ਰੱਖਣ ਕਿ ਜੇ ਅਸੀਂ ਇਹ ਦੀਵਾਲੀ ਨੂੰ ਨਸ਼ਿਆਂ ਮੁਕਤ ਰੱਖ ਸਕੀਏ ਤਾਂ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਚੰਗਾ ਹੋਊਗਾ। ਔਰ ਇੱਕ ਵਾਰੀ ਫਿਰ ਮੈਂ ਆਪਣੇ ਗੁਰਦਾਸਪੁਰ ਵਾਸੀਆਂ ਨੂੰ ਔਰ ਆਪਣੇ ਨਾਲ ਸਹਿਯੋਗੀ ਮਿੱਤਰਾਂ ਨੂੰ, ਇੱਥੋਂ ਦੇ ਸਟਾਫ ਨੂੰ, ਆਪਣੇ ਬਰਾਈਟ ਟ੍ਰਿਪਲੇ ਬਰਾਈਟ ਅਕੈਡਮੀ ਵੱਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਧੰਨਵਾਦ।